ਇਹ ਵੀਡੀਓ ਹੈ ਸਾਡੇ ਇੱਕ ਪੇਸ਼ੈਂਟ ਦੀ ਜਿੰਦੇ ਕਿ ਇੰਟਰਾਵਿਟਰੀਅਲ ਇੰਜੈਕਸ਼ਨ ਲੱਗਣਾ ਹੈ। ਇੰਟਰਾਵਿਟਰੀਅਲ ਇੰਜੈਕਸ਼ਨ ਆਮ ਤੌਰ ਤੇ ਬਹੁਤ ਸਾਰੀਆਂ ਕੰਡੀਸ਼ਨਸ ਹੈ ਜਿਨ੍ਹਾਂ ਦੇ ਵਿੱਚ ਸਾਨੂੰ ਲਗਾਉਣਾ ਪੈਂਦਾ ਹੈ। ਉਹ ਕੰਡੀਸ਼ਨਸ ਜਿਵੇਂ ਕਿ ਡਾਇਬਟਿਕ ਰੈਟਨੋਪੈਥੀ, ਸ਼ੂਗਰ ਕਰਕੇ ਪਰਦੇ ਦੇ ਵਿੱਚ ਪ੍ਰੋਬਲਮ ਆਉਣਾ, ਦੂਜਾ ਹੈ AMD ਜਿਹੜੀ ਏਜ ਰਿਲੇਟਡ ਪ੍ਰੋਬਲਮ ਹੁੰਦੀ ਹੈ, BRVO ਜਿਹੜੀ ਕਿ ਹਾਈਪਰਟੈਂਸ਼ਨ ਕਰਕੇ ਪਰਦੇ ਦੀ ਪ੍ਰੋਬਲਮ ਹੋ ਜਾਂਦੀ ਹੈ, ਉਹਨਾਂ ਦੇ ਵਿੱਚ ਅਸੀਂ ਇਹ ਇੰਜੈਕਸ਼ਨ ਅੱਖ ਦੇ ਅੰਦਰ ਲਗਾਉਂਦੇ ਹਾਂ। ਸੋ ਪ੍ਰੋਸੈਸ ਬਹੁਤ ਸਿੰਪਲ ਹੈ। ਇੰਜੈਕਸ਼ਨਸ ਬਹੁਤ ਤਰ੍ਹਾਂ ਦੇ ਹਨ ਜਿਹੜੇ ਅਸੀਂ ਲਗਾ ਸਕਦੇ ਹਾਂ ਅੱਖ ਦੇ ਵਿੱਚ, ਬਟ ਪ੍ਰੋਸੈਸ ਲਗਾਉਣ ਦਾ ਹੈ ਜਿਹੜਾ ਉਹ ਸਿੰਗਲ ਸਟੈਪ ਹੈ। ਅੱਖ ਨੂੰ ਕਲੀਨ ਕੀਤਾ ਜਾ ਰਿਹਾ, ਅੱਖ ਨੂੰ ਕਲੀਨ ਕਰਨ ਤੋਂ ਬਾਅਦ ਅੱਖ ਨੂੰ ਡਰੇਪ ਪਾਈ ਜਾਂਦੀ ਹੈ, ਅੱਖ ਨੂੰ ਐਨਸਥੈਟਾਈਜ਼ ਕੀਤਾ ਜਾਂਦਾ, ਉਸ ਤੋਂ ਬਾਅਦ ਇੱਕ ਸਿਰਫ ਇੱਕ ਡਰੋਪ ਦੇ ਨਾਲ। ਜਦੋਂ ਅੱਖ ਦੇ ਉੱਤੇ ਅਸਰ ਆ ਜਾਂਦਾ ਐਨਸਥੀਸੀਆ ਦਾ, ਤਾਂ ਫਿਰ ਬਹੁਤ ਪੇਨਲੈਸਲੀ ਇੱਕ ਇੰਜੈਕਸ਼ਨ ਲਗਾਇਆ ਜਾਂਦਾ ਹੈ ਜਿਹੜਾ ਕਿ ਬਹੁਤ ਪਤਲੀ ਨੀਡਲ ਦੇ ਨਾਲ ਉਹ ਡਰੱਗ ਨੂੰ ਡਿਲੀਵਰ ਕਰਦਾ ਹੈ ਅੱਖ ਦੇ ਅੰਦਰ। ਇਸ ਪ੍ਰੋਸੈਸ ਦੇ ਵਿੱਚ ਕੋਈ ਪੇਨ ਨਹੀਂ ਹੁੰਦੀ, ਸੋ ਪੇਸ਼ੈਂਟ ਨੂੰ ਕੋਈ ਬਹੁਤ ਦੇਰ ਤੱਕ ਅਸੀਂ ਉਹਨੂੰ ਪੱਟੀ ਨਹੀਂ ਬੰਨ੍ਹ ਕੇ ਰੱਖਣੀ ਹੁੰਦੀ, ਉਹ ਘੰਟੇ ਕੁ ਬਾਅਦ ਹੀ ਆਪਣੇ ਨੋਰਮਲ ਜੋ ਵਰਕਿੰਗ ਹੈ ਉਹਨੂੰ ਉਹ ਕਰ ਸਕਦਾ ਹੈ। ਅਤੇ ਉਸਨੂੰ ਇਹ ਰਿਪੀਟਿਡ ਇੰਜੈਕਸ਼ਨਸ ਕਈ ਵਾਰੀ ਕਰਨੇ ਪੈ ਜਾਂਦੇ ਹਨ, ਸੋ ਇਸ ਕਰਕੇ ਕਿਉਂਕਿ ਇਹ ਪੇਨਲੈਸ ਹੈ ਤਾਂ ਪੇਸ਼ੈਂਟਸ ਨੂੰ ਇਸ ਗੱਲ ਤੋਂ ਬਿਲਕੁਲ ਘਬਰਾਉਣਾ ਨਹੀਂ ਚਾਹੀਦਾ। ਐਂਡ ਇਹ ਬਹੁਤ ਜ਼ਰੂਰੀ ਹੈ ਇਹਨਾਂ ਬਿਮਾਰੀਆਂ ਦੇ ਵਿੱਚ ਜਿਹੜੀਆਂ ਕਿ ਹੋਰ ਕਿਸੇ ਵੀ ਚੀਜ਼ ਦੇ ਨਾਲ ਜਾਂ ਡਰੋਪਸ ਦੇ ਨਾਲ ਲਾ ਇਲਾਜ ਹੋ ਜਾਂਦੀਆਂ ਨੇ, ਉਹ ਇਹਨਾਂ ਇੰਟਰਾਵਿਟਰੀਅਲ ਦੇ ਨਾਲ ਠੀਕ ਰਹਿੰਦੀਆਂ।